ਜੇਕਰ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਦਿੱਤੇ ਜਾਣ ਤਾਂ ਕੁਝ ਵੀ ਕਰ ਸਕਦੀਆਂ। ਕੁਝ ਅਜਿਹੇ ਕਰਕੇ ਦਿਖਾਇਆ ਅੰਬਾਲਾ ਦੇ ਨਾਲ ਸੰਬੰਧਿਤ ਅਮਰਜੀਤ ਕੌਰ ਨੇ, ਜਿਸ ਵੱਲੋਂ ਆਪਣੇ ਪਿਤਾ ਦੇ ਬਿਮਾਰ ਹੋਣ ਤੋਂ ਬਾਅਦ ਖੁਦ ਖੇਤੀਬਾੜੀ ਦਾ ਸਾਰਾ ਕੰਮਕਾਜ ਸਾਂਭਿਆ ਗਿਆ ਅਤੇ ਕਿੰਝ ਇਹ ਧੀ ਪੁੱਤਾਂ ਤੋਂ ਅੱਗੇ ਲੰਘ ਗਈ ਹੈ ਅਤੇ ਕਿੰਝ ਇਹ ਆਪਣੇ ਪਰਿਵਾਰ ਦਾ ਸਹਾਰਾ ਬਣੀ, ਜਾਣਦਿਆਂ ਇੱਕ ਰਿਪੋਰਟ ਰਾਹੀਂ। ਕੁੜੀਆਂ ਨੂੰ ਜੇਕਰ ਮੌਕਾ ਦਿੱਤਾ ਜਾਵੇ ਤਾਂ ਉਹ ਮੁੰਡਿਆਂ ਤੋਂ ਕਿਸੇ ਪੱਖ ਤੋਂ ਘੱਟ ਨਹੀਂ। ਅਜਿਹਾ ਹੀ ਪ੍ਰੂਫ ਕਰਕੇ ਦਿਖਾਇਆ ਅੰਬਾਲਾ ਦੇ ਨਜ਼ਦੀਕੀ ਪਿੰਡ ਦੀ ਧੀ ਅਮਰਜੀਤ ਕੌਰ ਨੇ, ਜਿਸ ਨੇ ਪਿਤਾ ਦੇ ਬਿਮਾਰ ਹੋ ਜਾਣ ਤੋਂ ਬਾਅਦ ਹਿੰਮਤ ਨਹੀਂ ਹਾਰੀ ਅਤੇ ਖੁਦ ਕਹੀ ਚੁੱਕ ਟਰੈਕਟਰ ਚਲਾ ਖੇਤੀ ਦਾ ਸਾਰਾ ਕੰਮਕਾਜ ਸੰਭਾਲਿਆ ਅਤੇ ਹੁਣ ਉਹ ਇਲਾਕੇ ਦੀ ਇੱਕ ਸਫਲ ਕਿਸਾਨ ਵਜੋਂ ਜਾਣੀ ਜਾਂਦੀ ਹੈ। ਅਮਰਜੀਤ ਕੌਰ ਖੇਤੀ ਦਾ ਹਰ ਕੰਮ ਹੱਥੀਂ ਕਰਦੀ ਹੈ ਅਤੇ ਉਸਨੇ ਮਿਹਨਤ ਕਰਕੇ ਆਪਣੇ ਭਰਾ ਨੂੰ ਪੜ੍ਹਾਇਆ ਅਤੇ ਅੱਜ ਉਹ ਸਰਕਾਰੀ ਨੌਕਰੀ ਕਰ ਰਿਹਾ। 2007 'ਚ ਮੇਰੇ ਪਾਪਾ ਬਿਮਾਰ ਹੋ ਗਏ ਦਸੰਬਰ ਮੇ, ਤੋ ਉਸਕੇ ਬਾਅਦ ਮੈਨੇ ਸੋਚਿਆ ਕਿ ਘਰ ਕੀ ਮਤਲਬ ਕੰਡੀਸ਼ਨ ਕਾਫੀ ਡਾਊਨ ਆ ਗਈ, ਤੋ ਬ੍ਰਦਰ ਕੀ ਸਟੱਡੀ ਥੀ ਵੋ ਚੰਡੀਗੜ੍ਹ ਸਟੱਡੀ ਕਰ ਰਹੇ ਥੇ, ਤੋ ਉਸਕੀ ਸਟੱਡੀ ਕੋ ਰੈਗੂਲਰ ਕਰਨੇ ਕੇ ਲੀਏ ਔਰ ਖੁਦ ਕੋ ਮਤਲਬ ਘਰ ਕੇ ਲੀਏ ਮੈਨੇ ਖੁਦ ਕੋ ਖੜਾ ਕੀਆ ਕਿ ਮੈਂ ਮਤਲਬ ਅਗਰ ਮੇਰਾ ਭਾਈ ਆਏ ਤੋ ਵੋ ਵੀ ਕਰ ਸਕਤਾ ਹੈ ਤੋ ਉਸਕੀ ਜਗ੍ਹਾ ਮੈਂ ਕਿਉਂ ਨਹੀਂ ਕਰ ਸਕਤੀ। ਤੋ ਮੈਨੇ ਫਸਟਲੀ ਇਹੀ ਸੋਚਿਆ ਕਿ ਘਰ ਕੀ ਸਾਰੀ ਜ਼ਿੰਮੇਵਾਰੀ ਮੈਂ ਖੁਦ ਲੂੰਗੀ। ਖੇਤੀ ਮੇ ਮੇਰੇ ਕੋ ਮੈਂ 2007 ਸੇ ਦਸੰਬਰ ਸੇ ਕਰ ਰਹੀ ਹੂੰ, ਤੋ ਮੇਰੇ ਕੋ ਮੋਸਟਲੀ ਮੈਂ ਅਬਾਊਟ 10 ਸਾਲ ਹੋ ਗਏ ਇਸ ਕੰਮ ਮੇ, ਤੋ ਮੇਰੇ ਕੋ ਪੂਰੀ ਨੌਲੇਜ ਹੈ, ਮੈਂ ਸਾਰਾ ਕੰਮ ਖੁਦ ਕਰਤੀ ਹੂੰ। ਮੋਰਨਿੰਗ ਮੈਂ 5 ਵਜੇ ਉੱਠ ਕੇ ਮੈਂ ਖੇਤ ਪੇ ਜਾਤੀ ਹੂੰ, ਤੋ ਸਾਰਾ ਦਿਨ ਜੈਸੇ ਵੀ ਹੋ ਮੈਂ ਸਾਰਾ ਕੰਮ ਖੁਦ ਕਰਤੀ ਹੂੰ। ਆਰਥਿਕ ਸਥਿਤੀ ਐਸੀ ਹੋ ਗਈ ਥੀ ਕਿ ਇੱਕ ਟਾਈਮ ਰੋਟੀ ਬਣਤੀ ਥੀ ਤੋ ਦੂਸਰੇ ਟਾਈਮ ਨਹੀਂ, ਤੋ ਉਸ ਵਜ੍ਹਾ ਸੇ ਫਿਰ ਮਤਲਬ ਮੇਰੇ ਕੋ ਇਹ ਥਾ ਕਿ ਮੈਂ ਸਟੱਡੀ ਕਰੂੰ, ਬਟ ਅੱਗੇ ਆਪਣੀ ਫੈਮਿਲੀ ਕੋ ਦੇਖ ਕੇ ਮੇਰੇ ਕੋ ਇਹ ਲਗਾ ਕਿ ਨਹੀਂ ਸਟੱਡੀ ਸੇ ਪਹਿਲੇ ਮੇਰੀ ਫੈਮਿਲੀ ਹੈ, ਤੋ ਮੈਨੇ ਫੈਮਿਲੀ ਕੋ ਪ੍ਰੈਫਰੈਂਸ ਦੀ ਫਸਟ। ਤੋ ਉਸਕੇ ਬਾਅਦ ਮੈਨੇ ਆਪਣੀ ਸਟੱਡੀ ਰੈਗੂਲਰ ਰੱਖੀ, ਇੱਕ ਸਾਲ ਕਾ ਮੇਰਾ ਗੈਪ ਥਾ, ਉਸਕੇ ਬਾਅਦ ਮੈਨੇ ਰੈਗੂਲਰ ਮਤਲਬ ਸ਼ਾਹਬਾਦ ਮਾਰਕੰਡਾ ਸੇ ਮੈਨੇ ਗ੍ਰੈਜੂਏਸ਼ਨ ਕੀ, ਤੋ ਉਸਕੇ ਬਾਅਦ ਮੈਨੇ ਮਾਸਟਰ ਯੂਨੀਵਰਸਿਟੀ ਕੁਸ਼ਲਤਾ ਸੀ ਪੰਜਾਬੀ। ਬ੍ਰਦਰ ਮੇਰੇ ਉਹਨਾਂ ਨੇ BPED ਕੀ ਹੈ, MPED ਕੀ ਹੈ, ਨੈਟ GRF ਹੈ, ਉਹ ਗਵਰਨਮੈਂਟ ਇੰਪਲੋਈ ਹੈ, ਉਹ CA ਚੰਡੀਗੜ੍ਹ ਮੇ। ਸਾਰੀ ਹੈਲਪ ਆਪਨੇ ਕੀ? ਜੀ ਮੈਨੇ ਸਭ ਕੁਛ ਖੁਦ ਕੀਆ, ਟੋਟਲੀ ਸਭ ਕੁਛ ਮੈਂ ਖੁਦ ਕਰਦੀ ਹੂੰ, ਬਿਜਾਈ ਸੇ ਲੈ ਕੇ ਕਟਾਈ ਤੱਕ, ਔਰ ਯਹਾਂ ਤੱਕ ਕਿ ਮੰਡੀ ਮੇ ਮੈਂ ਖੁਦ ਲੈ ਕੇ ਜਾਤੀ ਹੂੰ, ਮਾਰਕੀਟਿੰਗ ਮੈਂ ਖੁਦ ਕਰਦੀ ਹੂੰ। ਬਹੁਤ ਮਤਲਬ ਖੁਦ ਕੋ ਹੋਤਾ ਹੈ ਕਿ ਮੇਰੀ ਵੀ ਕੋਈ ਰੈਪੋ ਹੈ ਇਸ ਮਤਲਬ ਫੀਲਡ ਮੇ, ਜੈਸੇ ਲੜਕੀਓ ਕੀ ਆਪਣੀ ਇਤਨੇ ਨਹੀਂ ਪ੍ਰੈਫਰੈਂਸ ਦਿੱਤੇ, ਤੋ ਮੇਰੇ ਕੋ ਲਗਾ ਕਿ ਮਤਲਬ ਮੈਂ ਉਸ ਲੈਵਲ ਪੇ ਹੂੰ ਜਹਾਂ ਪੇ ਲੜਕੋ ਕੋ ਖੜਾ ਹੋਣਾ ਚਾਹੀਏ, ਤੋ ਮੈਂ ਉਨਕੀ ਜਗ੍ਹਾ ਪੇ ਖੜੀ ਹੂੰ, ਔਰ ਸਭੀ ਸੇ ਰਿਕਵੈਸਟ ਕਰਦੀ ਹੂੰ ਸਾਰੇ ਆਪਣੀ ਘਰ ਵੀ ਸੰਭਾਲ ਲੈਤੀ। ਜੀ ਜੀ ਮੈਂ ਘਰ ਮੇ ਮਤਲਬ ਜੋ ਵੀ ਘਰ ਕਾ ਕਾਮ ਹੈ, ਰੋਟੀ ਪਾਣੀ ਜੋ ਮਤਲਬ ਟੋਟਲੀ ਜੋ ਲੜਕੀਓ ਕਾ ਕਾਮ ਹੈ ਵੋ ਵੀ ਕਰਦੀ ਹੂੰ, ਜੋ ਲੜਕੋ ਕਾ ਕਾਮ ਹੈ ਵੋ ਵੀ ਕਰਦੀ ਹੂੰ। ਅਮਰਜੀਤ ਕੌਰ ਦੀ ਮਾਂ ਨੇ ਦੱਸਿਆ ਕਿ 10 ਸਾਲ ਪਹਿਲਾਂ ਉਸਦਾ ਪਿਤਾ ਬਿਮਾਰ ਹੋਇਆ ਅਤੇ ਇਸ ਦੀ ਧੀ ਨੇ ਪਰਿਵਾਰ ਦੀ ਆਰਥਿਕ ਹਾਲਤ ਬਿਹਤਰ ਬਣਾਉਣ ਅਤੇ ਜ਼ਰੂਰੀ ਖਰਚੇ ਪੂਰੇ ਕਰਨ ਲਈ ਖੇਤੀ ਦਾ ਭਾਰ ਆਪਣੇ ਮੋਢਿਆਂ 'ਤੇ ਚੁੱਕ ਲਿਆ। ਇਹਨਾਂ ਦੇ ਪਾਪਾ ਜੀ ਪਹਿਲਾਂ ਠੀਕ ਸੀਗੇ ਅਤੇ ਪਹਿਲੇ ਦਿਨ ਇਹਨਾਂ ਗਏ ਟਰੈਕਟਰ ਲੈ ਕੇ, ਉੱਥੇ ਜਾ ਕੇ ਸਾਰਾ ਦਿਨ ਟਰੈਕਟਰ ਜਿਹੜਾ ਵਾ ਨਾ ਉੱਥੇ ਖਿਲਾਰ ਛੱਡਿਆ, ਸਵੇਰ ਤੋਂ ਲੈ ਕੇ ਸ਼ਾਮਾਂ ਤੋੜੀ ਨਾ ਟਰੈਕਟਰ ਚੱਲਦਾ ਹੀ ਰਿਹਾ। ਫਿਰ ਬਾਅਦ ਵਿੱਚ ਮੈਂ ਨਾ ਧਿਆਨ ਮਾਰਿਆ ਤਾਂ ਟਰੈਕਟਰ ਚੱਲਣ ਡਿਆ ਅਤੇ ਆਪ ਖਲੋਤੇ ਹੋਏ ਉਸ ਤਰ੍ਹਾਂ ਵਿੱਚ ਉੱਤੇ ਬੈਠੇ ਹੋਏ, ਫਿਰ ਮੈਂ ਦੇਖਿਆ ਵੀ ਇਹ ਤਾਂ ਟਰੈਕਟਰ ਨਹੀਂ ਚੱਲ ਰਿਹਾ। ਫਿਰ ਮੈਂ ਅਮਰਜੀਤ ਗਈ ਸੀ ਯੂਨੀਵਰਸਿਟੀ ਕੁਲਛੇਤਰ, ਫਿਰ ਉਹਨਾਂ ਨੂੰ ਮੈਂ ਫੋਨ ਕਿਸੇ ਕੋਲੋਂ ਲੈ ਕੇ ਕਰਾਇਆ, ਮੈਂ ਕਿਹਾ ਵੀ ਟਰੈਕਟਰ ਤਾਂ ਤੇਰਾ ਡੈਡੀ ਉੱਥੇ ਨਹੀਂ ਚਲਾਉਂਦਾ ਅਤੇ ਟਰੈਕਟਰ ਚੱਲਣ ਡਿਆ ਅਤੇ ਮੇਰੇ ਕੋਲ ਬੰਦ ਨਹੀਂ ਹੁੰਦਾ ਹੈਗਾ। ਫਿਰ ਉੱਥੇ ਯੂਨੀਵਰਸਿਟੀ ਤੋਂ ਆਈ, ਫਿਰ ਉਹਨੇ ਟਰੈਕਟਰ ਬੰਦ ਕੀਤਾ ਆਣ ਕੇ, ਅਤੇ ਇਹਦੀ ਹਾਲਤ ਬਹੁਤ ਖਰਾਬ ਹੋ ਗਈ। ਇਹਨਾਂ ਡੈਡੀ ਦੀ ਘਰ ਲਿਆਂਦਾ ਅਤੇ ਇਹ ਤਾਂ ਬਸ ਕਦੀ ਕਿਸ ਤਰ੍ਹਾਂ ਭੱਜੇ ਕਦੀ ਕਿਸ ਤਰ੍ਹਾਂ ਭੱਜੇ, ਫਿਰ ਅਸੀਂ ਬੜੇ ਪਰੇਸ਼ਾਨ ਹੋਏ। ਕੋਈ ਇੱਕ ਦਿਨ ਪਾ ਕੇ ਫਿਰ ਇੰਨੇ ਪਰੇਸ਼ਾਨ ਹੋ ਗਏ ਵੀ ਇਹਨਾਂ ਨੇ ਡੰਗਰ ਵੀ ਸਾਡੇ ਖੋਲ੍ਹ ਕੇ ਬਾਹਰ ਭਜਾ ਦੇਣੇ, ਸਾਨੂੰ ਮਾਰਨਾ,
ਕਾਕਾ ਇੱਕ ਵਾਰੀ ਆਇਆ ਤੇ ਇਹਨੂੰ ਉੱਤੇ ਚੜ ਗਿਆ, ਇਹਨੂੰ ਲੰਮਾ ਪਾ ਕੇ ਉੱਤੇ ਵਾਲ ਫੜ ਕੇ ਖਿੱਚਣ ਲੱਗ ਪਿਆ। ਫਿਰ ਬਾਅਦ ਵਿੱਚ ਇਹਨੂੰ ਨਾ ਅਸੀਂ ਫੜ ਫੁੜ ਕੇ ਤੇ ਇਹਨੂੰ ਦਵਾਈ ਦਵੂਈ ਕਰਾਈ, ਪਰ ਕੋਈ ਫਰਕ ਨਾ ਪਿਆ। ਬਾਅਦ ਵਿੱਚ ਡੰਗਰ ਵੀ ਸਾਡੇ ਇਹਨੇ ਛੱਡਣੇ ਸ਼ੁਰੂ ਕਰ ਦਿੱਤੇ, ਫਿਰ ਰੱਸੇ ਨਾਲ ਅਸੀਂ ਬੰਨ ਕੇ ਰੱਖਣਾ ਬੜਾ ਮੁਸ਼ਕਲ ਹੋਈ ਪਈ ਸੀ। ਫਿਰ ਇਹਨੇ ਬੇਟੀ ਨੇ ਕਿਹਾ ਵੀ ਮੰਮੀ ਆਪਾਂ ਕੀ ਕਰੀਏ, ਕਿਸੇ ਦੇ ਭਰੋਸੇ ਹੁਣ ਆਪਾਂ ਕੌਣ ਦਊਗਾ ਪੈਸੇ ਇੰਨੇ, ਵੀ ਲੈ ਕੇ ਜਾਂਦੇ ਰਹੇ ਨਹੀਂ ਆਰਾਮ ਆਇਆ, ਬਹੁਤ ਪੈਸਾ ਲਾਇਆ। ਫਿਰ ਬਾਅਦ ਵਿੱਚ ਇਹਨੇ ਵਿਚਾਰੀ ਨੇ ਪੱਗ ਬੰਨ ਲਈ, ਕਹਿੰਦੀ ਮੰਮੀ ਮੈਂ ਛੋਟਾ ਬੇਟਾ ਹੀ ਹਾਂ ਤੇਰਾ। ਇਹਨੇ ਸਾਰੀ ਖੇਤੀ ਬਾੜੀ ਜੋ ਕਰਦਾ ਬਾਹਰ ਦਾ ਸਭ ਇਹਨੇ ਸੰਭਾਲਿਆ, ਤਾਂ ਅਸੀਂ ਇਹਦੇ ਸਿਰ 'ਤੇ ਜੀਨੇ ਹਾਂ, ਇਹੀ ਸਾਨੂੰ ਕਮਾਈ ਕਰਕੇ ਦਿੰਦੀ ਹੈ। ਇਹਨੇ ਜੋ ਚੀਜ਼ ਬਣਾਈ ਇਹਨੇ ਆਪਣੇ ਸਿਰ ਬਣਾਈ, ਹਾਂਜੀ ਪੂਰਾ ਕਰ ਸੰਭਾਲਿਆ, ਆਪੇ ਆਪੇ ਵੇਚ ਕੇ ਆਉਂਦੀ, ਆਪੇ ਗੰਨਾ ਲੈ ਕੇ ਜਾਂਦੀ ਹੈ, ਆਪੇ ਸਾਰਾ ਕੁਛ ਕਰਦੀ। ਬੇਟਾ ਸਾਡਾ ਯੂਨੀਵਰਸਿਟੀ ਲੱਗਾ ਹੋਇਆ ਵਾ ਅਤੇ ਇਹਦੇ ਸਿਰ 'ਤੇ ਲੱਗਾ ਹੋਇਆ ਵਾ, ਇਹਨੇ ਹੀ ਪੜ੍ਹਾਇਆ, ਇਹਨੇ ਹੀ ਸਾਰਾ ਕੁਛ ਕੀਤਾ। ਹਾਂਜੀ ਸਭ ਤੋਂ ਛੋਟੀ। ਪਿੰਡ ਵਾਸੀਆਂ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ ਅਮਰਜੀਤ ਕੌਰ ਇਲਾਕੇ ਦੀ ਇੱਕ ਪੜ੍ਹੀ ਲਿਖੀ ਕਿਸਾਨ ਹੈ, ਜਿਸ ਦੀ ਸਲਾਹ ਨਾਲ ਬਾਕੀ ਵੀ ਖੇਤੀ ਦਾ ਕੰਮਕਾਜ ਕਰਦੇ ਨੇ। ਅਮਰਜੀਤ ਕੌਰ ਦੀ ਮਿਹਨਤ ਦੇ ਚਰਚੇ ਹਰ ਜਗ੍ਹਾ ਸੁਣਾਈ ਪੈਂਦੇ ਨੇ। ਇਹ ਜੀ ਅਮਰਜੀਤ ਸਾਡੇ ਪਿੰਡ ਦੀ ਲੜਕੀ, ਮੇਰੇ ਚਾਚਾ ਜੀ ਲੜਕੀ ਹੈ ਜੀ। ਇਹ ਸਾਰਾ ਖੇਤੀਬਾੜੀ ਦਾ ਕੰਮ ਸਾਰਾ ਆਪ ਹੀ ਸੰਭਾਲ ਰਹੀ ਹੈ, ਕਿਉਂ ਫਾਦਰ ਸਾਹਿਬ ਇਹਦੇ ਢਿੱਲੇ ਮੱਠੇ ਰਹਿੰਦੇ ਨੇ ਅਤੇ ਜੋ ਵੀ ਖੇਤੀ ਦੀ ਸਾਰੀ ਜੋ ਘਰ ਦੀ ਗੱਡੀ ਸਬਜ਼ੀ ਪਾਣੀ ਜੋ ਸਭ ਇਹ ਆਪ ਹੀ ਕਰਦੀ ਸਾਰਾ ਲੜਕੀ। ਖੇਤੀਬਾੜੀ ਬਹੁਤ ਵਧੀਆ ਇਹਦੀ, ਕਈ ਸਾਲ ਤੋਂ ਕੰਮ ਕਰ ਰਹੀ ਹੈ, ਗੰਨੇ ਦਾ ਮਿੱਲ 'ਚ ਗੰਨਾ ਲੈ ਕੇ ਵੀ ਜਾਂਦੀ ਹੈ। ਬਲਕਿ ਸਾਡੀ ਉਹਨਾਂ ਨੇ ਕੇ ਮੈਨੇਜਰ ਨੇ ਸਾਨੂੰ ਕਾਫੀ ਅੱਛੇ ਬੱਚੇ ਨੂੰ ਗਾਈਡ ਕੀਤਾ ਵੀ ਸਾਡੀ ਜੋ ਟਰਾਲੀ ਜਾਏਗੀ ਮਿੱਲ ਦੇ ਵਿੱਚ ਉਹ ਇਹਦੀ ਡਾਇਰੈਕਟ ਟਰਾਲੀ ਜਾਏਗੀ ਅੰਦਰ, ਸਾਨੂੰ ਉਹਦੀ ਕੋਈ ਪ੍ਰੋਬਲਮ ਨਹੀਂ ਅੱਜ ਤੱਕ ਆਈ। ਬੱਚਾ ਸਾਡਾ ਸਾਰੀ ਖੇਤੀਬਾੜੀ ਜੋ ਟਿੱਲਰ ਰੂਟਾਵੇਟਰ ਖੇਤੀਬਾੜੀ ਦਾ ਸਭ ਕੰਮ ਕਰਦੀ ਹੈ। ਹਾਂ ਪੜ੍ਹਾਈ ਵੀ ਬਹੁਤ ਅੱਛੀ ਕੀਤੀ ਇਹਨੇ, ਭਰਾ ਵੀ ਪੜ੍ਹਾ ਰਹੀ, ਬਲਕਿ ਪੜ੍ਹਾਇਆ ਪਿੱਛੇ ਫਾਦਰ ਸਾਹਿਬ ਢਿੱਲੇ ਰਹੇ, ਉਹਨਾਂ ਦੀ ਦਵਾਈ ਬੂਟੀ ਸਾਰੀ ਆਪ ਹੀ ਕਰ ਰਹੀ ਹੈ, ਸਾਰੇ ਘਰ ਨੂੰ ਵੀ ਮੇਨਟੇਨ ਕਰ ਰਹੀ। ਪਿੰਡ ਵਾਸਤੇ ਬਹੁਤ ਅੱਛੇ ਸਾਡੇ, ਕਦੀ ਕਿਸੇ ਦਾ ਕੋਈ, ਬਲਕਿ ਸਾਨੂੰ ਆਮ ਜ਼ਿਮੀਦਾਰਾਂ ਨੂੰ ਇੰਨੀ ਨੌਲੇਜ ਨਹੀਂ ਜਿੰਨੀ ਬੱਚੇ ਨੂੰ ਨੌਲੇਜ ਸਾਡੇ ਨੂੰ ਹਰ ਚੀਜ਼ ਦੀ। ਬਲਕਿ ਅਸੀਂ ਆਪ ਪੁੱਛ ਕੇ ਵੀ ਕਿਹੜੀ ਤੂੰ ਚੀਜ਼ ਲਗਾ ਰਹੀ ਹੈ, ਕਿਹੜੀ ਨਹੀਂ ਲਗਾ ਰਹੀ, ਐਤਕੀ ਕਿਹੜਾ ਬੀਜ ਬੀਜ ਰਹੇ ਜੇ, ਕਿਹੜਾ ਨਹੀਂ ਬੀਜ ਰਹੇ। ਸਾਡੇ ਸਮਾਜ 'ਚ ਬੇਸ਼ੱਕ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਰਜਾ ਨਹੀਂ ਦਿੱਤਾ ਜਾਂਦਾ, ਪਰ ਧੀਆਂ ਨੇ ਹਮੇਸ਼ਾ ਇਹ ਸਾਬਤ ਕੀਤਾ ਕਿ ਉਹ ਕਿਸੇ ਵੀ ਪੱਖ ਤੋਂ ਘੱਟ ਨਹੀਂ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਅਮਰਜੀਤ ਕੌਰ ਹੈ। ਸੋ ਜ਼ਰੂਰਤ ਹੈ ਅਸੀਂ ਧੀਆਂ ਨੂੰ ਮੌਕੇ ਦਈਏ ਤਾਂ ਜੋ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਗਲੋਂ ਲੱਥ ਜਾਣ। ਅੰਬਾਲਾ ਤੋਂ ਅਜੇ ਗੋਸਵਾਮੀ ਦੀ ਰਿਪੋਰਟ, ਸਾਂਝਾ ਟੀਵੀ ਲਈ।